ਸਤਿ ਸ਼੍ਰੀ ਅਕਾਲ ਜੀ ਖਬਰਾਂ ਜੱਬ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਬਾਰੇ ਪਿਛਲੇ ਦਿਨਾਂ ਦੇ ਦੌਰਾਨ ਸਾਹਮਣੇ ਆਈਆਂ ਕੁਝ ਖਾਸ ਅਪਡੇਟਸ ਅਤੇ ਨਵੇਂ ਐਲਾਨਾਂ ਦੇ ਬਾਰੇ ਜਾਣਕਾਰੀ ਦੇਵਾਂਗੇ ਪਰ ਉਸ ਤੋਂ ਪਹਿਲਾਂ ਆਓ ਇੱਕ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੱਡੇ ਐਲਾਨ 90 ਹਜ਼ਾਰ ਲੋਕਾਂ ਨੂੰ ਸਿੱਧੀ ਪੀਆਰ ਕੇਅਰ ਗੀਵਰਜ਼ ਅਤੇ ਨੈਨੀ ਫਾਈਲਾਂ ਬਾਰੇ ਵੀ ਅਪਡੇਟ ਬਾਇਓਮੈਟ੍ਰਿਕ ਅਪਾਇੰਟਮੈਂਟ ਅਤੇ ਪਾਸਪੋਰਟ ਕੋਰੀਅਰ ਸੇਵਾਵਾਂ ਸੰਬੰਧੀ ਵੱਡੀ ਅਪਡੇਟ ਕੈਨੇਡਾ ਵੱਲੋਂ ਕੱਢਿਆ ਗਿਆ ਇੱਕ ਹੋਰ ਨਵਾਂ ਐਕਸਪ੍ਰੈਸ ਐਂਟਰੀ ਡਰਾ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਪੀਆਰ ਲਈ ਸੱਦੇ। ਕੈਨੇਡਾ ਸਰਕਾਰ ਪ੍ਰਵਾਸੀਆਂ ਨੂੰ ਕੈਨੇਡਾ ਸੱਦਣ ਲਈ ਪੱਭਾਂ ਪਾਰ। ਵਿਸਟਰ ਵੀਜ਼ਾ ਅਤੇ ਸੀਓਪੀਆਰ ਵਾਲਿਆਂ ਲਈ ਆਈ ਅਪਡੇਟ ਇਮੀਗ੍ਰੇਸ਼ਨ ਵਿਭਾਗ ਨੇ ਕੀਤਾ ਨਵਾਂ ਐਲਾਨ। ਆਈਆਰਸੀਸੀ ਦੇ ਵੱਲੋਂ ਇਮੀਗ੍ਰੇਸ਼ਨ ਅਰਜ਼ੀਆਂ ਦੇ ਬਾਰੇ ਜਾਰੀ ਕੀਤੀ ਗਈ ਵੱਡੀ ਅਪਡੇਟ। ਕੈਨੇਡਾ ਦੇ ਸੂਬਿਆਂ ਤੋਂ ਪ੍ਰਵਾਸੀਆਂ ਲਈ ਆਈਆਂ ਵੱਡੀਆਂ ਇਮੀਗ੍ਰੇਸ਼ਨ ਅਪਡੇਟਸ। ਆਓ ਹੁਣ ਸ਼ੁਰੂਆਤ ਕਰਦੇ ਹਾਂ ਪਹਿਲੀ ਅਪਡੇਟ ਤੋਂ। ਕੈਨੇਡਾ ਦੇ ਇਮੀਗ੍ਰੇਸ਼ਨ ਭਾਗ ਦੇ ਵੱਲੋਂ ਵੱਡੇ ਐਲਾਨ ਨੇ 90 ਹਜ਼ਾਰ ਲੋਕਾਂ ਨੂੰ ਸਿੱਧੀ ਪੀਆਰ ਕੇਅਰਗਿਵਰਸ ਅਤੇ ਨੈਨੀ ਫਾਈਲਾਂ ਬਾਰੇ ਵੀ ਅਪਡੇਟ ਹੈ। ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਪ੍ਰਵਾਸੀਆਂ ਦੇ ਉੱਪਰ ਰੱਜ ਕੇ ਮੇਰੇ ਵੱਲ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਭਾਗ ਦੇ ਵੱਲੋਂ ਬੀਤੇ ਦਿਨਾਂ ਦੇ ਦੌਰਾਨ ਵੱਡੇ ਐਲਾਨ ਕੀਤੇ ਗਏ ਹਨ ਜਿਸ ਵਿੱਚ ਇੱਕ ਐਲਾਨ 90 ਹਜ਼ਾਰ ਲੋਕਾਂ ਨੂੰ ਕੈਨੇਡਾ ਦੀ ਪੀਆਰ ਦੇਣ ਦੇ ਬਾਰੇ ਕੀਤਾ ਗਿਆ ਹੈ ਅਤੇ ਦੂਸਰਾ ਐਲਾਨ ਕੇਅਰਗਿਵਰਸ ਲਈ ਹੈ ਜਿਸ ਨੂੰ ਨੈਨੀ ਪ੍ਰੋਗਰਾਮ ਵੀ ਕਿਹਾ ਜਾਂਦਾ ਹੈ। ਇਹਨਾਂ ਬਾਰੇ ਕੀਤਾ ਗਿਆ ਹੈ ਅਤੇ ਤੁਹਾਨੂੰ ਅਸੀਂ ਕੈਨੇਡਾ ਇਮੀਗ੍ਰੇਸ਼ਨ ਦੇ ਇਹਨਾਂ ਨਵੇਂ ਐਲਾਨ ਕੈਨੇਡਾ ਦੇ ਇਮੀਗ੍ਰੇਸ਼ਨ ਭਾਗ ਦੇ ਵੱਲੋਂ 14 ਅਪ੍ਰੈਲ ਨੂੰ ਕੀਤੇ ਗਏ ਐਲਾਨ ਦੇ ਮੁਤਾਬਕ ਕੈਨੇਡਾ ਸਰਕਾਰ 90 ਹਜ਼ਾਰ ਪ੍ਰਵਾਸੀ ਨੂੰ ਕੈਨੇਡਾ ਦੀ ਪੀਆਰ ਡੀ ਦੇਣ ਦੀ ਤਿਆਰੀ ਵਿੱਚ ਹੈ ਅਤੇ ਅਸੀ ਇਸ ਨੂੰ ਕੈਨੇਡਾ ਸਰਕਾਰ ਦੇ ਵੱਲੋਂ ਪ੍ਰਵਾਸੀ ਨੂੰ ਦਿੱਤਾ ਗਿਆ ਇੱਕ ਵੱਡਾ ਤੋਹਫਾ ਵੀ ਕਹਿ ਸਕਦੇ ਹਾਂ ਐਸੈਂਸ਼ੀਅਲ ਵਰਕਰ ਇੰਟਰਨੈਸ਼ਨਲ ਸਟੂਡੈਂਟ ਗ੍ਰੈਜੂਏਟਸ ਅਤੇ ਫ੍ਰੈਂਚ ਸਪੀਕਰਸ ਜੋ ਇਸ ਸਮੇਂ ਕੈਨੇਡਾ ਵਿੱਚ ਹਨ ਉਹਨਾਂ ਦੇ ਕੋਲ ਕੈਨੇਡਾ ਦੀ ਪੀਆਰ ਹਾਸਲ ਕਰਨ ਦੇ ਲਈ 6 ਹੋਰ ਰਸਤੇ ਉਪਲਬਧ ਹੋਣਗੇ ਮਤਲਬ ਇਹ ਕਿ 6 ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮਾਂ ਦਾ ਐਲਾਨ ਕੀਤਾ ਗਿਆ ਹੈ ਕੈਨੇਡਾ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮਾਂ ਦਾ ਐਲਾਨ ਕੀਤਾ ਗਿਆ ਹੈ ਜਿਸ ਤਹਿਤ 90000 ਪ੍ਰਵਾਸੀ ਇਸ ਸਾਲ ਤਿੰਨ ਇਮੀਗ੍ਰੇਸ਼ਨ ਛੀਮਜ਼ ਦੇ ਜ਼ਰੀਏ ਕੈਨੇਡਾ ਦੀ ਪੀਆਰ ਹਾਸਲ ਕਰ ਪਾਉਣਗੇ ਅਤੇ ਬਾਕੀ ਦੀਆਂ ਤਿੰਨ ਇਮੀਗ੍ਰੇਸ਼ਨ ਸਟ੍ਰੀਮਸ ਫ੍ਰੈਂਚ ਸਪੀਕਿੰਗ ਇਮੀਗ੍ਰੈਂਟਸ ਮਤਲਬ ਫ੍ਰੈਂਚ ਭਾਸ਼ਾ ਬੋਲਣ ਵਾਲੇ ਪ੍ਰਵਾਸੀਆਂ ਦੇ ਲਈ ਹਨ ਜਿਨ੍ਹਾਂ ਦੇ ਲਈ ਕੋਈ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ ਅਤੇ ਇਸ ਨਵੇਂ ਪ੍ਰੋਗਰਾਮ ਹਸਪਤਾਲਾਂ ਦੇ ਵਿੱਚ ਕੰਮ ਕਰਨ ਵਾਲੇ ਟੈਂਪਰੇਰੀ ਵਰਕਰ ਅਤੇ ਲੌਂਗ ਟਰਮ ਕੇਅਰ ਹੋਮਸ ਵਿੱਚ ਕੰਮ ਕਰਨ ਵਾਲੇ ਲੋਕਾਂ ਅਤੇ ਫਰੰਟ ਲਾਈਨ ਵਰਕਰ ਜੋ ਹੋਰ ਐਸੈਂਸ਼ੀਅਲ ਸੈਕਟਰ ਵਿੱਚ ਹਨ ਅਤੇ ਨਾਲ ਨਾਲ ਇੰਟਰਨੈਸ਼ਨਲ ਸਟੂਡੈਂਟ ਗ੍ਰੈਜੂਏਟਸ ਜਿਨ੍ਹਾਂ ਨੇ ਕੈਨੇਡIAN ਐਜੂਕੇਸ਼ਨਲ ਇੰਸਟੀਟਿਊਟਸ ਤੋਂ ਪੜ੍ਹਾਈ ਕੀਤੀ ਹੈ ਉਹਨਾਂ ਦੇ ਲਈ ਹੋਣਗੇ ਅਤੇ 6 ਮਈ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਦੇ ਵੱਲੋਂ ਤਿੰਨ ਇਮੀਗ੍ਰੇਸ਼ਨ ਸੀਮਜ਼ ਦੇ ਲਈ ਅਰਜ਼ੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ ਜਿਸ ਦੇ ਵਿੱਚ 20000 ਅਪਲੀਕੇਸ਼ਨਸ ਫॉर ਟੈਂਪਰਰੀ ਵਰਕਰਸ ਇਨ ਹੈਲਥ케ਅਰ 30000 ਅਪਲੀਕੇਸ਼ਨਸ ਫॉर ਟੈਂਪਰਰੀ ਵਰਕਰ ਇਨ ਅਦਰ ਸਿਲੈਕਟਡ ਐਸੈਂਸ਼ੀਅਲ ਓਕੂਪੇਸ਼ਨਸ 40000 ਅਪਲੀਕੇਸ਼ਨਸ ਫॉर ਇੰਟਰਨੈਸ਼ਨਲ ਸਟੂਡੈਂਟਸ ਅਤੇ ਇਹਨਾਂ ਸੀਮਜ਼ ਲਈ ਅਰਜ਼ੀਆਂ ਦਾ ਸਿਲਸਿਲਾ 5 ਨਵੰਬਰ 2021 ਤੱਕ ਜਾਰੀ ਰਹੇਗਾ ਜਾਂ ਫਿਰ ਇਸ ਨੂੰ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਰੱਖੀ ਗਈ ਲਿਮਟ ਪੂਰੀ ਨਹੀਂ ਹੁੰਦੀ ਕੈਨੇਡਾ ਸਰਕਾਰ ਦੇ ਵੱਲੋਂ ਚੁੱਕਿਆ ਗਿਆ ਇਹ ਕਦਮ ਪ੍ਰਵਾਸੀਆਂ ਦੇ ਲਈ ਕੈਨੇਡਾ ਦੇ ਪੀਆਰ ਹਾਸਲ ਕਰਨ ਦਾ ਰਾਹ ਹੋਰ ਸੌਖਾ ਕਰੇਗਾ ਅਤੇ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਐਲਾਨ ਦੇ ਬਾਰੇ ਜਾਣਕਾਰੀ ਆਈਆਰਸੀਸੀ ਨੇ ਆਪਣੇ ਟਵਿੱਟਰ ਅਕਾਊਂਟ ਜਰੀਏ ਵੀ ਸ਼ੇਅਰ ਕੀਤੀ ਹੈ ਪਹਿਲੇ ਟਵੀਟ ਦੇ ਵਿੱਚ IRCC ਵੱਲੋਂ ਇਹ ਕਿਹਾ ਗਿਆ ਹੈ ਕਿ ਅੱਜ ਮੰਤਰੀ ਮਾਰਕੋ ਮੈਡੀਸਿਨ ਨੇ 90 ਹਜ਼ਾਰ ਤੋਂ ਵੱਧ ਐਸੈਂਸ਼ੀਅਲ ਵਰਕਰ ਅਤੇ ਇੰਟਰਨੈਸ਼ਨਲ ਸਟੂਡੈਂਟ ਗ੍ਰੈਜੂਏਟਸ ਦੇ ਲਈ ਪਰਮਨੈਂਟ ਰੈਜ਼ੀਡੈਂਸ ਲਈ ਇੱਕ ਨਵੇਂ ਰਸਤੇ ਦਾ ਐਲਾਨ ਕੀਤਾ ਹੈ ਜੋ ਕੈਨੇਡਾ ਦੀ ਆਰਥਿਕਤਾ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਨ ਦੂਸਰੇ ਟਵੀਟ ਦੇ ਵਿੱਚ IRCC ਦੇ ਵੱਲੋਂ ਇਹ ਕਿਹਾ ਗਿਆ ਹੈ ਕਿ 6 ਮਈ 2021 ਇਹ ਪਾਥਵੇ ਐਲੀਜੀਬਲ ਇੰਟਰਨੈਸ਼ਨਲ ਗ੍ਰੈਜੂਏਟਸ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਪੜ੍ਹਾਈ ਕੀਤੀ ਹੈ ਅਤੇ ਨਾਲ ਹੀ ਟੈਂਪਰੇਰੀ ਵਰਕਰਸ ਜੋ ਹੈਲਥ ਕੇਅਰ ਵਿੱਚ ਨੇ ਅਤੇ ਹੋਰ ਅਸੈਂਸ਼ੀਅਲ ਆਕੂਪੇਸ਼ਨਸ ਵਿੱਚ ਕੰਮ ਕਰ ਰਹੇ ਹਨ ਵਾਲੇ ਲੋਕਾਂ ਨੂੰ ਅਲਾਉ ਕਰੇਗਾ ਕਿ ਉਹ ਕੈਨੇਡਾ ਦੀ ਪੀਆਰ ਦੇ ਲਈ ਅਪਲਾਈ ਕਰਨ TJR ਟਵੀਟ ਵਿੱਚ IRCC ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਇਹਨਾਂ ਨਵੇਂ ਪਾਲਿਸਿਸ ਦੇ ਅਧੀਨ 6 ਮਈ ਤੋਂ 5 ਨਵੰਬਰ 2021 ਤੱਕ ਅਰਜ਼ੀਆਂ ਸਵੀਕਾਰ ਕਰਾਂਗੇ ਜਾਂ ਫਿਰ ਉਸ ਸਮੇਂ ਤੱਕ ਅਰਜ਼ੀਆਂ ਲੈਣ ਦਾ ਸਿਲਸਿਲਾ ਜਾਰੀ ਰੱਖਾਂਗੇ ਜਦੋਂ ਤੱਕ ਪ੍ਰੋਗਰਾਮ ਈਟਸ ਲਈ ਰੱਖੀ ਗਈ ਲਿਮਟ ਪੂਰੀ ਨਹੀਂ ਹੋ ਜਾਂਦੀ ਜਿਸ ਦੇ ਵਿੱਚ 20000 ਐਪਲੀਕੇਸ਼ਨਸ ਫੋਰ ਟੈਂਪੋਰਰੀ ਵਰਕਰ ਇਨ ਹੈਲਥ케ਅਰ ਹੈ 30000 ਐਪਲੀਕੇਸ਼ਨਸ ਫਾਰ ਟੈਂਪੋਰਰੀ ਵਰਕਰ ਇਨ ਅਦਰ ਸਿਲੈਕਟਡ ਐਸੈਂਸ਼ੀਅਲ ਓਕੂਪੇਸ਼ਨਸ 40000 ਐਪਲੀਕੇਸ਼ਨਸ ਫਾਰ ਇੰਟਰਨੈਸ਼ਨਲ ਸਟੂਡੈਂਟਸ ਹੂ ਗ੍ਰੈਜੂਏਟ ਫਰੋਮ ਅ ਕੈਨੇਡੀਅਨ ਐਜੂਕੇਸ਼ਨਲ ਇੰਸਟੀਟਿਊਟ ਅਤੇ ਚੌਥੇ ਟਵੀਡ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਤਿੰਨ ਐਡੀਸ਼ਨਲ ਸੀਮਸ ਰੱਖੀਆਂ ਗਈਆਂ ਨੇ ਫ੍ਰੈਂਚ ਬੋਲਣ ਵਾਲੇ ਪ੍ਰਵਾਸੀਆਂ ਦੇ ਲਈ ਅਤੇ ਇਹਨਾਂ ਸੀਮਸ ਦੇ ਲਈ ਕੋਈ ਵੀ ਲਿਮਿਟ ਤੈਅ ਨਹੀਂ ਕੀਤੀ ਗਈ ਪਨੀਵੈਟ ਵੀਡੀਓ ਦੇ ਵਿੱਚ ਆਈਆਰਸੀਸੀ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ 90000 ਐਸੈਂਸ਼ੀਅਲ ਟੈਂਪਰੇਰੀ ਵਰਕਰਸ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ ਕੈਨੇਡਾ ਦੇ ਵਿੱਚ ਪੱਕੇ ਕਰਨ ਦੇ ਲਈ ਲਾਂਚ ਕੀਤੇ ਗਏ ਇਸ ਨਵੇਂ ਪਾਥਵੇ ਬਾਰੇ ਹੋਰ ਜਾਣਕਾਰੀ ਹਾਸਲ ਕਰੋ ਜਿਸ ਦੇ ਲਈ ਇੱਕ ਲਿੰਕ ਵੀ ਦਿੱਤਾ ਗਿਆ ਹੈ ਟਵੀਟ ਦੇ ਵਿੱਚ ਇਹ ਸਨ ਪੂਰੇ 5 ਟਵੀਟ ਹੈ ਜਿਨ੍ਹਾਂ ਜਰੀਏ IRCC ਦੇ ਵੱਲੋਂ ਨਵੇਂ ਐਲਾਨ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਹੁਣ ਤੁਹਾਨੂੰ ਦੱਸਦੇ ਹਾਂ ਨੈਨੀ ਦੀਆਂ ਫਾਈਲਾਂ ਅਤੇ ਕੇਅਰ ਗੀਵਰਸ ਦੇ ਬਾਰੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੀਤੇ ਗਏ ਐਲਾਨ ਦੇ ਬਾਰੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੇਅਰ ਗੀਵਰਸ ਲਈ ਅਤੇ ਉਨ੍ਹਾਂ ਦੇ ਇਮੀਡੀਏਟ ਫੈਮਿਲੀ ਮੈਂਬਰਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਅਤੇ ਹੁਣ ਇਸ ਐਲਾਨ ਦੇ ਅਨੁਸਾਰ ਵੱਡੀ ਗਿਣਤੀ ਵਿੱਚ ਕੇਅਰ ਗੀਵਰਸ ਅਤੇ ਉਨ੍ਹਾਂ ਦੇ ਇਮੀਡੀਏਟ ਫੈਮਿਲੀ ਮੈਂਬਰ ਕੈਨੇਡਾ ਦੇ ਪੀਅਰ ਹਾਸਲ ਕਰਨ ਦਾ ਮੌਕਾ ਮਿਲੇਗਾ ਅਤੇ ਇਹ ਵੱਡੀ ਖੁਸ਼ਖਬਰੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈ ਕੱਲ੍ਹ ਸੰਜੀਕੀਤੀ ਗਈ ਹੈ ਅਤੇ ਨਾਲ ਹੀ ਕੇਅਰਗਿਵਰ ਐਪਲੀਕੇਸ਼ਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਬਾਰੇ ਵੀ ਐਲਾਨ ਕੀਤਾ ਗਿਆ ਹੈ ਅਤੇ ਕੇਅਰਗਿਵਰ ਦੇ ਲਈ ਕੀਤਾ ਗਿਆ ਐਲਾਨ ਦੇ ਬਾਰੇ ਜਾਣਕਾਰੀ ਆਈਆਰਸੀਸੀ ਨੇ ਆਪਣੇ ਅਫੀਸ਼ੀਅਲ ਟਵਿੱਟਰ account ਦੇ ਜ਼ਰੀਏ ਵੀ ਸ਼ੇਅਰ ਕੀਤੀ ਹੈ ਆਈਆਰਸੀਸੀ ਦੇ ਵੱਲੋਂ ਆਪਣੇ ਪਹਿਲੇ ਟਵੀਟ ਦੇ ਵਿੱਚ ਕਿਹਾ ਗਿਆ ਹੈ ਕਿ ਅਸੀਂ ਕੇਅਰਗਿਵਰਸ ਐਪਲੀਕੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਨਾ ਅਤੇ ਕੇਅਰਗਿਵਰਸ ਨੂੰ ਉਹਨਾਂ ਦੇ ਅਜ਼ੀਜ਼ਾਂ ਨਾਲ ਮੋੜ ਮਿਲਵਾਉਣ ਦੇ ਲਈ ਇੱਕ ਯੋਜਨਾ ਸ਼ੁਰੂ ਕੀਤੀ ਹੈ ਅਤੇ ਇਸ ਦੇ ਨਾਲ ਹੀ ਦੂਸਰੇ ਟਵੀਟ ਦੇ ਵਿੱਚ ਆਈਆਰਸੀਸੀ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ 6000 ਕੇਅਰ ਗੀਵਰਜ਼ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਆਪਣਾ ਕੰਮ ਦਾ ਤਜਰਬਾ ਹਾਸਲ ਕਰ ਲਿਆ ਹੈ ਅਤੇ ਉਹਨਾਂ ਦੇ ਇਮੀਡੀਏਟ ਫੈਮਿਲੀ ਮੈਂਬਰਸ ਦੀਆਂ ਪੀਆਰ ਐਪਲੀਕੇਸ਼ਨਸ ਨੂੰ ਅੰਤਿਮ ਰੂਪ ਦੇਣਾ ਹੈ ਮਤਲਬ ਕਿ ਫਾਈਨਲਾਈਜ਼ ਕਰਨਾ ਹੈ 31 ਦਸੰਬਰ 2021 ਤੱਕ ਤੀਸਰੇ ਟਵੀਟ ਦੇ ਵਿੱਚ ਆਈਆਰਸੀਸੀ ਵੱਲੋਂ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਅਤੇ ਹੋਮ سپورਟ ਵਰਕਰ ਪਾਇਲਟ ਪ੍ਰੋਗਰਾਮਾਂ ਲਈ 30 ਜੂਨ 2021 ਤੱਕ ਘੱਟੋ-ਘੱਟ 1500 ਪਹਿਲੇ ਪੜਾ ਦੇ ਫੈਸਲੇ ਲੈਣ ਦੇ ਬਾਰੇ ਗੱਲ ਕਹੀ ਗਈ ਹੈ ਚੌਥੇ ਅਤੇ ਆਖਰੀ ਟਵੀਟ ਦੇ ਵਿੱਚ ਆਈਆਰਸੀਸੀ ਦੇ ਵੱਲੋਂ ਕੇਅਰ ਗੀਵਰ ਐਪਲੀਕੇਸ਼ਨਸ ਦਾ ਡਿਜੀਟਲਾਈਜੇਸ਼ਨ ਨੂੰ ਵਧਾਉਣਾ ਅਤੇ ਸਾਰੇ ਐਪਲੀਕੈਂਟਸ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਹੈ ਉਹਨਾਂ ਨੂੰ ਐਕਨੋਲੇਜਮੈਂਟ ਆਫ ਰਸੀਟ ਯਾਨਕੀ ਏਓਆਰ ਲੈਟਰ ਮੇ 31 2021 ਤੱਕ ਪ੍ਰਾਪਤ ਹੋਣ ਦੇ ਬਾਰੇ ਗੱਲ ਕਹੀ ਗਈ ਹੈ ਅਤੇ ਨਾਲ ਹੀ ਟਵੀਟ ਦੇ ਵਿੱਚ ਇੱਕ ਲਿੰਕ ਵੀ ਦਿੱਤਾ ਗਿਆ ਹੈ ਆਈਆਰਸੀਸੀ ਦੇ ਵੱਲੋਂ ਇਹ ਸਾਨੂੰ ਚਾਰਟ ਵੀਟ ਹੈ ਜਿਹੜੇ ਕੈਨੇਡਾ ਦੇ ਇਮੀਗ੍ਰੇਸ਼ਨ ਭਾਗ ਦੇ ਵੱਲੋਂ ਕੇਅਰਗੇਵਰਸ ਦੇ ਲਈ ਕੀਤੇ ਗਏ ਨਵੇਂ ਐਲਾਨਾਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਹ ਸਾਨੂੰ ਦੋ ਵੱਡੇ ਐਲਾਨ ਜੋ ਪਿਛਲੇ ਦਿਨਾਂ ਦੇ ਦੌਰਾਨ ਕੈਨੇਡਾ ਦੇ ਇਮੀਗ੍ਰੇਸ਼ਨ ਭਾਗ ਦੇ ਵੱਲੋਂ ਕੀਤੇ ਗਏ ਹਨ। ਜੇਕਰ ਤੁਸੀਂ ਕੈਨੇਡਾ ਦੇ ਵੱਲੋਂ ਕੀਤੇ ਗਏ ਇਹਨਾਂ ਨਵੇਂ ਐਲਾਨਾਂ ਦੇ ਬਾਰੇ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਕੈਨੇਡਾ ਸਰਕਾਰ ਦੀ ਵੈੱਬਸਾਈਟ ਨੂੰ ਇੱਕ ਵਾਰ ਜ਼ਰੂਰ ਵਿਜ਼ਿਟ ਕਰਕੇ ਚੈੱਕ ਕਰ ਲਵੋ। ਹੁਣ ਵਾਦਿਆਂ ਦੂਸਰੀ ਅਪਡੇਟ ਦੇ ਵੱਲ ਬਾਇਓਮੈਟ੍ਰਿਕ ਅਪਾਇੰਟਮੈਂਟ ਅਤੇ ਪਾਸਪੋਰਟ ਕੋਰੀਅਰ ਸੇਵਾਵਾਂ ਬਾਰੇ ਵੱਡੀ ਅਪਡੇਟ। ਕੈਡਾ ਹਾਈ ਕਮਿਸ਼ਨ ਦੇ ਵੱਲੋਂ ਬਾਇਓਮੈਟ੍ਰਿਕ ਅਪਾਇੰਟਮੈਂਟ ਅਤੇ ਪਾਸਪੋਰਟ ਕੋਰੀਅਰ ਸਰਵਿਸ ਦੇ ਬਾਰੇ ਇੱਕ ਵੱਡੀ ਅਪਡੇਟ ਸ਼ੇਅਰ ਕੀਤੀ ਗਈ ਹੈ ਅਤੇ ਇੱਥੇ ਤੁਹਾਨੂੰ ਇਹ ਵੀ ਦੱਸਦੀ ਕਿ ਪੂਰੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ ਅਤੇ ਨਾਲ ਹੀ ਭਾਰਤ ਦੇ ਵਿੱਚ ਜੇਕਰ ਕਰੋਨਾ ਵਾਇਰਸ ਮਾਮਲਿਆਂ ਦੀ ਗਿਣਤੀ ਦੇ ਬਾਰੇ ਗੱਲ ਕਰੀਏ ਤਾਂ ਭਾਰਤ ਵਿੱਚ ਕਰੋਨਾ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਦਿਖ ਰਿਹਾ ਹੈ ਅਤੇ ਸਰਕਾਰ ਦੇ ਵੱਲੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਵਿੱਚ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਹੁਣ ਹਾਈ ਕਮਿਸ਼ਨ ਆਫ ਕੈਨੇਡਾ ਇਨ ਇੰਡੀਆ ਦੇ ਵੱਲੋਂ ਕੈਨੇਡਾ ਇਮੀਗ੍ਰੇਸ਼ਨ ਦੇ ਬਾਰੇ ਇੱਕ ਹੋਰ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਜਿਸ ਕੈਨੇਡਾ ਹਾਈ ਕਮਿਸ਼ਨ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਭਾਰਤ ਦੇ ਵਿੱਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਦੀ ਗਿਣਤੀ ਅਤੇ ਲੋਕਲ ਅਥਾਰਟिटीज ਦੇ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਕਾਰਨ ਵੀਜ਼ਾ ਅਪਲੀਕੇਸ਼ਨ ਸੈਂਟਰਸ ਮਤਲਬ VFS ਦੇ ਵੱਲੋਂ ਕੰਮ ਕਰਨ ਦੇ ਸਮੇਂ ਅਤੇ ਦਿਨਾਂ ਨੂੰ ਘਟਾਇਆ ਗਿਆ ਹੈ ਅਤੇ ਇਸ ਦੇ ਨਾਲ ਬਾਇਓਮੈਟ੍ਰਿਕ ਅਪਾਇੰਟਮੈਂਟ ਅਤੇ ਨਾਲ ਹੀ ਪਾਸਪੋਰਟ ਕੋਰੀਅਰ ਸਰਵਿਸ ਦੀ ਅਵੇਲੇਬਿਲਟੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਹਾਈ ਕਮਿਸ਼ਨ ਆਫ ਕੈਨੇਡਾ ਵੀ ਆਪਣੇ ਸਟਾਫ ਅਤੇ ਲੋਕਾਂ ਦੀ ਸੇਫਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਘੱਟ ਕੈਪੈਸਿਟੀ ਦੇ ਨਾਲ ਕੰਮ ਕਰ ਰਿਹਾ ਹੈ ਅਤੇ ਤੁਸੀਂ ਹਾਈ ਕਮਿਸ਼ਨ ਦੇ ਵੱਲੋਂ ਸ਼ੇਅਰ ਕੀਤੀ ਗਈ ਫੇਸਬੁੱਕ ਪੋਸਟ ਸਕਰੀਨ ਉੱਤੇ ਦੇਖ ਸਕਦੇ ਹੋ ਅਤੇ ਕੈਨੇਡਾ ਹਾਈ ਕਮਿਸ਼ਨ ਦੇ ਵੱਲੋਂ ਇਹ ਵੱਡੀ ਅਪਡੇਟ ਆਪਣੇ ਫੇਸਬੁਕ ਪੇਜ ਦੇ ਨਾਲ ਨਾਲ ਟਵਿੱਟਰ ਅਕਾਊਂਟ ਜ਼ਰੀਏ ਵੀ ਸ਼ੇਅਰ ਕੀਤੀ ਗਈ ਹੈ ਅਤੇ ਤੁਸੀਂ ਹਾਈ ਕਮਿਸ਼ਨ ਦੇ ਵੱਲੋਂ ਕੀਤੇ ਗਏ ਟਵੀਟ ਵੀ ਸਕਰੀਨ ਉੱਤੇ ਦੇਖ ਸਕਦੇ ਹੋ ਹੁਣ ਵਾਦੇ ਹਨ ਤੀਸਰੀ ਅਪਡੇਟ ਦੇ ਵੱਲ ਕੈਨੇਡਾ ਵੱਲੋਂ ਕੱਢਿਆ ਗਿਆ ਇੱਕ ਹੋਰ ਨਵਾਂ ਐਕਸਪ੍ਰੈਸ ਐਂਟਰੀ ਡਰਾ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਪੀਆਰ ਲਈ ਸੱਦੇ ਸਾਲ 2021 ਦੇ ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਭਾਗ ਵੱਲੋਂ ਪ੍ਰਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਸੀ ਮਤਲਬ ਕੈਨੇਡਾ ਇਮੀਗ੍ਰੇਸ਼ਨ ਬਾਰੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਸੀ 1 ਅਪ੍ਰੈਲ 2021 ਨੂੰ ਕੱਢੇ ਗਏ ਨਵੇਂ ਐਕਸਪ੍ਰੈਸ ੈਂਟਿਡ ਡਰਾ ਦੇ ਵਿੱਚ ਕੁੱਲ 5000 ਕੈਨੇਡੀਅਨ ਐਕਸਪੀਰੀਐਂਸ ਕਲਾਸ ਉਮੀਦਵਾਰਾਂ ਨੂੰ ਸੱਦੇ ਭੇਜੇ ਗਏ ਅਤੇ ਇਸ ਐਕਸਪ੍ਰੈਸ ੈਂਟਿਡ ਡਰਾ ਦੇ ਵਿੱਚ ਜੋ CRS ਸਕੋਰ ਰਿਹਾ ਸੀ ਉਹ ਸੀ 432 ਅੰਕ ਅਤੇ ਹੁਣ 16 ਅਪ੍ਰੈਲ ਨੂੰ ਫਿਰ ਸਾਰੇ ਰਿਕਾਰਡ ਤੋੜਦੇ ਹੋਏ ਇੱਕ ਵਾਰ ਫਿਰ ਕੈਨੇਡਾ ਨੇ ਪ੍ਰਵਾਸੀਆਂ ਨੂੰ ਖੁੱਲੇ ਦਿਲ ਦੇ ਨਾਲ PR ਦੇ ਲਈ ਸੱਦੇ ਦਿੱਤੇ ਹਨ 16 ਅਪ੍ਰੈਲ ਨੂੰ ਕੱਢੇ ਗਏ ਇਸ ਨਵੇਂ ਡਰਾ ਦੇ ਵਿੱਚ 6000 ਕੈਨੇਡੀਅਨ ਐਕਸਪੀਰੀਅੰਸ ਕਲਾਸ ਉਮੀਦਵਾਰਾਂ ਨੂੰ ਸੱਦੇ ਭੇਜੇ ਗਏ ਹਨ ਅਤੇ ਇਸ ਡਰਾ ਦੇ ਵਿੱਚ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਡਰਾ ਦੇ ਵਿੱਚ ਜੋ ਸੀਆਰਐਸ ਸਕੋਰ ਹੈ ਇਸ ਤੋਂ ਪਹਿਲਾਂ ਕੱਢੇ ਗਏ ਡਰਾ ਨਾਲ 15 ਪੁਆਇੰਟ ਘਟ ਰਿਹਾ ਹੈ ਭਾਵ 417 ਰਿਹਾ ਹੈ 16 ਅਪ੍ਰੈਲ ਵਾਲੇ ਡਰਾ ਦੇ ਵਿੱਚ ਜਾਰੀ ਕੀਤੇ ਗਏ ਇਨਵੀਟੇਸ਼ਨ ਦੀ ਗਿਣਤੀ 1000 ਵੱਧ ਹੈ ਇਸ ਤੋਂ ਪਹਿਲਾਂ ਕੱਢੇ ਹੋਏ ਡਰਾ ਦੇ ਨਾਲੋਂ ਅਤੇ 16 April ਨੂੰ ਕੱਢੇ ਗਏ ਇਸ ਨਵੇਂ ਐਕਸਪ੍ਰੈਸ ਏਂਟਰੀ ਡਰਾ ਦੇ ਵਿੱਚ 6000 ਕੈਨੇਡੀਅਨ ਐਕਸਪੀਰੀਐਂਸ ਕਲਾਸ ਉਮੀਦਵਾਰਾਂ ਨੂੰ ਸੱਦੇ ਭੇਜੇ ਗਏ ਹਨ ਕਿ ਉਹ ਕੈਨੇਡਾ ਦੀ ਪੀਆਰ ਦੇ ਲਈ ਅਪਲਾਈ ਕਰਨ ਅਤੇ ਇਸ ਡਰਾ ਦੇ ਵਿੱਚ CRS ਸਕੋਰ 417 ਪੁਆਇੰਟ ਰਿਹਾ ਕੈਨੇਡਾ ਦੇ ਵੱਲੋਂ ਇੱਕ ਵਾਰ ਫਿਰ ਇੰਨੀ ਵੱਡੀ ਗਿਣਤੀ ਦੇ ਵਿੱਚ ਉਮੀਦਵਾਰਾਂ ਨੂੰ ਕੈਨੇਡਾ ਦੀ ਪੀਆਰ ਦੇ ਲਈ ਅਪਲਾਈ ਕਰਨ ਦੇ ਲਈ ਸੱਦੇ ਭੇਜਣਾ ਇੱਕ ਬਹੁਤ ਚੰਗੀ ਖਬਰ ਹੈ ਅਤੇ ਸਾਡੇ ਵੱਲੋਂ ਵੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਲੋਕਾਂ ਨੂੰ ਇਸ ਨਵੇਂ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਇਨਵੀਟੇਸ਼ਨ ਮਿਲਿਆ ਹੈ। ਕੈਨੇਡਾ ਦੇ ਵੱਲੋਂ ਕੱਢਿਆ ਗਿਆ ਇਹ ਐਕਸਪ੍ਰੈਸ ਐਂਟਰੀ ਡਰਾ ਸਾਲ 2021 ਦੇ ਅਪ੍ਰੈਲ ਮਹੀਨੇ ਦੌਰਾਨ ਕੱਢਿਆ ਗਿਆ। ਸਭ ਤੋਂ ਵੱਡਾ ਐਕਸਪ੍ਰੈਸ ਐਂਟਰੀ ਡਰਾ ਹੈ ਅਤੇ ਅਤੇ ਅਪ੍ਰੈਲ ਮਹੀਨੇ ਦਾ ਤੀਸਰਾ ਐਕਸਪ੍ਰੈਸ ਐਂਟਰੀ ਡਰਾ ਹੈ। ਅਤੇ ਇਸ 16 ਅਪ੍ਰੈਲ ਨੂੰ ਕੱਢੇ ਗਏ ਨਵੇਂ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ 6000 ਕੈਨੇਡੀਅਨ ਐਕਸਪੀਰੀਅੰਸ ਕਲਾਸ ਉਮੀਦਵਾਰਾਂ ਨੂੰ ਸੱਦੇ ਭੇਜੇ ਗਏ ਹਨ ਕਿ ਉਹ ਕੈਨੇਡਾ ਦੀ ਪੀਆਰ ਦੇ ਲਈ ਅਪਲਾਈ ਕਰਨ ਹੁਣ ਗੱਲ ਕਰਦੇ ਹਾਂ ਚੌਥੀ ਅਪਡੇਟ ਦੇ ਵੱਲ ਕੈਨੇਡਾ ਸਰਕਾਰ ਪ੍ਰਵਾਸੀਆਂ ਨੂੰ ਕੈਨੇਡਾ ਸੱਦਣ ਲਈ ਪੱਭਾਂ ਪਾਰ ਕੈਨੇਡਾ ਤੇ ਇੱਕ ਬਹੁਤ ਹੀ ਚੰਗੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਬਾਗੂ-ਬਾਗ ਹੋ ਜਾਵੋਗੇ ਜੀ ਹਾਂ ਕੈਨੇਡਾ ਦੇ ਇਮੀਗ੍ਰੇਸ਼ਨ ਭਾਗ ਦੇ ਵੱਲ ਅੰਕੜੇ ਜਾਰੀ ਕੀਤੇ ਗਏ ਹਨ ਪਰ ਉਸ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਕੈਨੇਡਾ ਆਪਣੇ 2021 ਦੇ ਲਈ ਰੱਖੇ ਗਏ ਇਮੀਗ੍ਰੇਸ਼ਨ ਦੇ ਟੀਚੇ ਨੂੰ ਪੂਰਾ ਕਰਨ ਦੇ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਸਾਲ 2021 ਦੇ ਲਈ ਕੈਨੇਡਾ ਸਰਕਾਰ ਦਾ ਇਹ ਟੀਚਾ ਹੈ ਕਿ 4 ਲੱਖ 1090 ਪ੍ਰਵਾਸੀਆਂ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਜਾਵੇ। ਚਲੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਡਾਟਾ ਦੇ ਬਾਰੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਨਵੇਂ ਡਾਟਾ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮਤਲਬ 23375 ਲੋਕਾਂ ਨੇ ਸਾਲ 2021 ਦੇ ਫਰਵਰੀ ਮਹੀਨੇ ਦੌਰਾਨ ਪਰਮਨੈਂਟ ਰੈਜ਼ੀਡੈਂਸ ਮਤਲਬ ਕਿ ਕੈਨੇਡਾ ਦੀ ਪੀਆਰ ਹਾਸਲ ਕੀਤੀ ਹੈ ਅਤੇ IRCC ਦੇ ਵੱਲੋਂ ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਡਾਟਾ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਕੈਨੇਡਾ ਨੇ 25000 ਦੇ ਕਰੀਬ ਪ੍ਰਵਾਸੀਆਂ ਦਾ ਸਵਾਗਤ ਕੀਤਾ ਹੈ ਜਨਵਰੀ ਮਹੀਨੇ ਦੇ ਦੌਰਾਨ ਅਤੇ ਸਾਲ 2021 ਦੇ ਪਹਿਲੇ 2 ਮਹੀਨਿਆਂ ਦੇ ਦੌਰਾਨ ਕੈਨੇਡਾ ਨੇ ਤਕਰੀਬਨ 48000 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦਾ ਸਵਾਗਤ ਕੀਤਾ ਹੈ ਅਤੇ ਜੇਕਰ ਅਸੀਂ ਇਸ ਅੰਕੜੇ ਨੂੰ ਪਿਛਲੇ ਸਾਲ ਦੇ ਪਹਿਲੇ 2 ਮਹੀਨੇ ਦੇ ਅੰਕੜੇ ਨਾਲ ਕੰਪੇਅਰ ਕਰੀਏ ਤਾਂ ਇਹ ਅੰਕੜਾ ਪਿਛਲੇ ਸਾਲ ਦੇ ਅੰਕੜੇ ਨਾਲੋਂ ਬਹੁਤ ਥੋੜਾ ਹੀ ਘੱਟ ਲੱਗਦਾ ਹੈ ਕਿਉਂਕਿ ਪਿਛਲੇ ਸਾਲ ਦੇ ਪਹਿਲੇ 2 ਮਹੀਨਿਆਂ ਦੇ ਦੌਰਾਨ ਕੈਨੇਡਾ ਨੇ 50600 ਨਵੇਂ ਪ੍ਰਵਾਸੀਆਂ ਦਾ ਸਵਾਗਤ ਕੀਤਾ ਸੀ ਜੇਕਰ ਮਾਰਚ ਮਹੀਨੇ ਦੇ ਲਈ ਆਈਐਸਐਸਸੀ ਦੇ ਵੱਲੋਂ ਜਾਰੀ ਕੀਤੇ ਜਾਣ ਵਾਲੇ ਡਾਟਾ ਦੇ ਬਾਰੇ ਅੰਦਾਜ਼ਾ ਲਗਾਈ ਹੈ ਤਾਂ ਹੋ ਸਕਦਾ ਹੈ ਉਸਨੇ ਵੀ ਡਾਟਾ ਦੇ ਵਿੱਚ ਇਹ ਗੱਲ ਸਾਹਮਣੇ ਆਵੇ ਕਿ ਕੈਨੇਡਾ ਨੇ ਸਾਲ 2021 ਦੇ ਮਾਰਚ ਮਹੀਨੇ ਦੇ ਅੰਤ ਤੱਕ ਸਾਲ 2020 ਦੇ ਮਾਰਚ ਮਹੀਨੇ ਦੇ ਮੁਕਾਬਲੇ ਜ਼ਿਆਦਾ ਨਵੇਂ ਪ੍ਰਵਾਸੀਆਂ ਦਾ ਸਵਾਗਤ ਕੀਤਾ ਹੈ ਕਿਉਂਕਿ ਇਸ ਦਾ ਕਾਰਨ ਇਹ ਹੈ ਕਿ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਸਟੈਬਲਾਈਜ਼ ਮਤਲਬ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਸਥਿਰ ਹੋਇਆ ਹੈ ਜਦਕਿ ਕੈਨੇਡਾ ਦੇ ਵਿੱਚ ਆਉਣ ਵਾਲੇ ਨਵੇਂ ਪ੍ਰਵਾਸੀਆਂ ਦੀ ਗਿਣਤੀ 'ਚ ਕਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਪਿਛਲੇ ਦਿਨਾਂ ਦੌਰਾਨ ਬਹੁਤ ਵੱਡੀ ਗਿਰਾਵਟ ਆਈ ਸੀ ਅਤੇ ਕਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਕੈਨੇਡਾ ਦੇ ਵੱਲੋਂ ਸਾਲ 2020 ਦੇ ਲਈ ਰੱਖਿਆ ਗਿਆ ਇਮੀਗ੍ਰੇਸ਼ਨ ਦਾ ਟੀਚਾ ਪੂਰਾ ਨਾ ਹੋ ਸਕਿਆ ਅਤੇ ਕੈਨੇਡਾ ਦੇ ਵਿੱਚ ਸਾਲ 2020 ਦੌਰਾਨ ਸਿਰਫ 1,84,370 ਪ੍ਰਵਾਸੀ ਪਹੁੰਚੇ ਜਦਕਿ ਇਮੀਗ੍ਰੇਸ਼ਨ ਦਾ ਟੀਚਾ 3,41,000 ਪ੍ਰਵਾਸੀਆਂ ਦੇ ਸਵਾਗਤ ਕਰਨ ਦਾ ਸੀ ਇਥੇ ਇਹ ਵੀ ਦੱਸਦੇ ਕਿ ਕੈਨੇਡਾ ਸਰਕਾਰ ਦੇ ਵੱਲੋਂ ਇਮੀਗ੍ਰੇਸ਼ਨ ਦੇ ਅੰਕੜਿਆਂ ਵਿੱਚ ਆਈ ਇਸ ਗ੍ਰਾਫ ਨੂੰ ਦੇਖਦੇ ਹੋਏ ਇਹ ਵੱਡਾ ਕਦਮ ਚੁੱਕਿਆ ਗਿਆ ਹੈ ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਸਾਲ 2021-2023 ਦੇ ਇਮੀਗ੍ਰੇਸ਼ਨ ਲੈਵਲ ਪਲਾਨ ਦਾ ਐਲਾਨ ਕੀਤਾ ਗਿਆ ਜਿਸ ਦੇ ਅਨੁਸਾਰ ਕੈਨੇਡਾ ਵੱਲੋਂ ਹਰ ਸਾਲ 2021 ਤੋਂ ਲੈ ਕੇ 2023 ਤੱਕ 4 ਲੱਖ ਪ੍ਰਵਾਸੀਆਂ ਦਾ ਸਵਾਗਤ ਕਰੇਗਾ ਅਤੇ ਸਾਲ 2021 ਦੇ ਲਈ ਵੀ ਕੈਨੇਡਾ ਸਰਕਾਰ ਦਾ ਹੈ ਟੀਚਾ ਹੈ ਕਿ 4 ਲੱਖ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇ। ਹੁਣ ਵਰਦੇ ਹਾਂ ਪੰਨੀ ਅਪਡੇਟ ਦੇ ਵਾਲੇ। ਇਮੀਗ੍ਰੇਸ਼ਨ ਵਿਭਾਗ ਨੇ ਕੀਤਾ ਨਵਾਂ ਐਲਾਨ। ਵਿਜ਼ਟਰ ਵੀਜ਼ਾ ਤੇ ਸੀਓਪੀਰ ਵਾਲਿਆਂ ਲਈ ਆਈ ਅਪਡੇਟ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਅਤੇ ਨਾਲ ਹੀ ਵਿਜ਼ਟਰ ਵੀਜ਼ਾ ਦੇ ਨਾਲ ਸੰਬੰਧਿਤ ਜਾਣਕਾਰੀ ਵੀ ਦਿੱਤੀ ਗਈ ਹੈ। ਆਈਆਰਸੀਸੀ ਦੇ ਵੱਲੋਂ ਹੁਣ ਅਧੂਰੀਆਂ ਇਮੀਗ੍ਰੇਸ਼ਨ ਅਰਜ਼ੀਆਂ ਦੀ ਡੈਡਲਾਈਨ ਨੂੰ ਆਟੋਮੈਟਿਕਲੀ ਨਹੀਂ ਵਧਾਇਆ ਜਾਵੇਗਾ। ਪੂਰੇ ਵਰਡ ਦੇ ਵਿੱਚ ਜੋ ਕੋਰੋਨਾ ਵਾਇਰਸ ਕਰਕੇ ਪਾਬੰਦੀਆਂ ਲਗਾਈਆਂ ਗਈਆਂ ਸਨ ਉਸ ਤੋਂ ਬਾਅਦ ਇਹ ਇਮੀਗ੍ਰੇਸ਼ਨ ਸੇਵਾਵਾਂ ਦੁਬਾਰਾ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਪਹਿਲਾ ਕੈਨੇਡਾ ਦੇ ਇਮੀਗ੍ਰੇਸ਼ਨ ਭਾਗ ਦੇ ਵੱਲੋਂ ਅਧੂਰੀਆਂ ਮਤਲਬ ਇਨਕੰਪਲੀਟ ਇਮੀਗ੍ਰੇਸ਼ਨ ਐਪਲੀਕੇਸ਼ਨਸ ਦੀ ਡੈਡਲਾਈਨ ਆਟੋਮੈਟਿਕਲੀ ਵਧਾਈ ਜਾ ਰਹੀ ਸੀ ਜਿਸ ਨੂੰ ਕੀ ਹੁਣ ਵਾਪਸ ਲਿਆ ਜਾ ਰਿਹਾ ਹੈ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਨਸ਼ਿਪ ਕੈਨੇਡਾ ਉਹਨਾਂ ਲੋਕਾਂ ਨੂੰ ਡੈਡਲਾਈਨ ਐਕਸਟੈਂਸ਼ਨ ਦੇਵੇਗਾ ਜਿਨ੍ਹਾਂ ਦੀ ਐਪਲੀਕੇਸ਼ਨ ਕੋਰੋਨਾ ਕਰਕੇ ਅਧੂਰੀਆਂ ਰਹਿ ਜਾਂਦੀਆਂ ਜਾਂ ਅਧੂਰੀਆਂ ਰਹਿ ਗਈਆਂ ਹਨ ਯਾਨੀ ਕਿ ਜਿਨ੍ਹਾਂ ਲੋਕਾਂ ਦੀ ਕੋਵਿਡ-19 ਦੇ ਕਰਕੇ ਡਾਕੂਮੈਂਟ ਪੂਰੇ ਨਹੀਂ ਹੋਏ ਉਹਨਾਂ ਨੂੰ ਆਈ.ਸੀ.ਸੀ ਦੇ ਵੱਲੋਂ ਡੈਡਲਾਈਨ ਐਕਸਟੈਂਸ਼ਨ ਦਿੱਤੀ ਜਾਵੇਗੀ ਪਰ ਇਸ ਦੇ ਵਾਸਤੇ ਤੁਹਾਨੂੰ ਕਾਰਨ ਤੁਹਾਡੇ ਤੋਂ ਜ਼ਰੂਰ ਪੁੱਛਿਆ ਜਾਵੇਗਾ ਅਤੇ ਇਸ ਐਲਾਨ ਦੇ ਨਾਲ ਸਿਟੀਨਸ਼ਿਪ ਪੀ.ਆਰ ਅਤੇ ਟੀ.ਆਰ.ਵੀ ਐਪਲੀਕੇਸ਼ਨਜ਼ ਮਤਲਬ ਟੈਂਪਰੇਰੀ ਰੈਜ਼ੀਡੈਂਸੀ ਐਪਲੀਕੇਸ਼ਨ ਪ੍ਰਭਾਵਿਤ ਹੋਣਗੇ ਇਹ ਕਦਮ ਆਈ.ਸੀ.ਸੀ ਦੇ ਵੱਲੋਂ ਇਮੀਗ੍ਰੇਸ਼ਨ ਪ੍ਰੋਸੈਸ ਦੇ ਵਿੱਚ ਤੇਜ਼ੀ ਲੈ ਕੇ ਆਉਣ ਦੇ ਲਈ ਚੁੱਕਿਆ ਗਿਆ ਹੈ ਇਸ ਦੇ ਨਾਲ ਹੀ IRCC ਨੇ ਜੋ ਵਿਜ਼ਟਰ ਵੀਜ਼ਾ ਵਾਲਿਆਂ ਦੇ ਲਈ ਜਾਣਕਾਰੀ ਸਾਂਝੀ ਕੀਤੀ ਹੈ ਉਸ ਵਿੱਚ ਇਹ ਕਿਹਾ ਗਿਆ ਹੈ ਕਿ ਵਿਜ਼ਟਰ ਵੀਜ਼ਾ ਵਾਲੇ ਹਾਲੇ ਕੈਨੇਡਾ ਨਹੀਂ ਆ ਸਕਦੇ ਅਤੇ ਨਾਲ ਹੀ ਵਿਜ਼ਟਰ ਵੀਜ਼ਾ ਵਾਲਿਆਂ ਦੇ ਨਾਲ COPR ਮਤਲਬ ਕਨਫਰਮੇਸ਼ਨ ਆਫ ਪੀਆਰ ਹੋਲਡਰਸ ਲਈ ਵੀ ਇਹ ਕਿਹਾ ਗਿਆ ਹੈ ਕਿ ਉਹ ਵੀ ਅਜੇ ਕੈਨੇਡਾ ਦਾਖਲ ਨਹੀਂ ਹੋ ਸਕਦੇ ਮਤਲਬ ਕਿ ਕਰੋਨਾ ਦੇ ਵਿੱਚ ਇਸ ਸਮੇਂ ਉਹ ਲੋਕ ਹੀ ਦਾਖਲ ਹੋ ਸਕਣਗੇ ਜਾਂ ਦਾਖਲ ਹੋ ਪਾਣਗੇ ਜਿਨ੍ਹਾਂ ਨੂੰ ਟਰੈਵਲਰ ਰੈਸਟ੍ਰਿਕਸ਼ਨ ਤੋਂ ਐਕਸੈਂਪਟ ਕੀਤਾ ਗਿਆ ਹੈ ਯਾਨੀ ਕਿ ਟਰੈਵਲਰ ਰੈਸਟ੍ਰਿਕਸ਼ਨ ਤੋਂ ਬਾਹਰ ਰੱਖਿਆ ਗਿਆ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਤੁਹਾਨੂੰ ਆਈਐਸਸੀਸੀ ਦੇ ਵੱਲੋਂ ਇੱਕ ਮੇਲ ਜਾਂ ਫਿਰ ਇੱਕ ਲੈਟਰ ਭੇਜੀ ਜਾਵੇਗੀ ਜਿਸ ਦੇ ਵਿੱਚ ਤੁਹਾਨੂੰ ਡਾਕੂਮੈਂਟਸ ਦੇ ਬਾਰੇ ਵਿੱਚ ਪੁੱਛਿਆ ਜਾਵੇਗਾ ਜੋ ਤੁਹਾਡੇ ਜਮ੍ਹਾਂ ਕਰਵਾਉਣੇ ਹੋਣਗੇ ਇਹ ਡਾਕੂਮੈਂਟ ਜਲਦ ਤੋਂ ਜਲਦ ਜਮ੍ਹਾਂ ਕਰਵਾਉਣੇ ਪੈਣਗੇ ਅਧੇ ਆਈਐਸਸੀਸੀ ਦੇ ਵੱਲੋਂ ਆਪਣੇ মিডিਆ ਰਿਲੀਜ਼ ਦੇ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਹੁਣ ਤੋਂ ਹੀ ਆਪਣੇ ਡਾਕੂਮੈਂਟ ਇਕੱਠੇ ਕਰਨੇ ਸ਼ੁਰੂ ਕਰ ਦਿਓ ਤਾਂ ਕਿ ਸਮੇਂ ਸਿਰ ਇਹਨਾਂ ਨੂੰ ਤੁਸੀਂ ਜਮ੍ਹਾਂ ਕਰਵਾ ਸਕੋ ਇਸ ਦੇ ਨਾਲ ਹੀ ਦੱਸਦੀ ਕਿ ਬਾਇਓਮੈਟ੍ਰਿਕ ਅਪਾਇੰਟਮੈਂਟ ਵੀ ਤੁਹਾਨੂੰ ਜਲਦ ਤੋਂ ਜਲਦ ਬੁੱਕ ਕਰਵਾ ਲੈਣੀ ਚਾਹੀਦੀਆਂ ਨੇ ਬਾਕੀ ਸਾਰੀ ਜਾਣਕਾਰੀ ਗਵਰਨਮੈਂਟ ਦੇ ਵੈੱਬਸਾਈਟ ਦੇ ਉੱਪਰ ਸਾਂਝੀ ਕੀਤੀ ਗਈ ਹੈ ਉਸ ਤੋਂ ਬਾਅਦ ਆਈਆਰਸੀਸੀ ਤੁਹਾਨੂੰ 30 ਦਿਨ ਦਾ ਸਮਾਂ ਦੇਵੇਗਾ ਕਿ ਤੁਸੀਂ ਆਪਣੇ ਸਾਰੇ ਡਾਕੂਮੈਂਟ ਸਬਮਿਟ ਕਰਵਾ ਦਿਓ ਇਸ ਤੋਂ ਸਭ ਤੋਂ ਬਾਅਦ ਇਮੀਗ੍ਰੇਸ਼ਨ ਅਫਸਰ ਤੁਹਾਡੀ ਐਪਲੀਕੇਸ਼ਨ ਦੇ ਉੱਪਰ ਆਪਣਾ ਫੈਸਲਾ ਸੁਣਾਵੇਗਾ ਅਗਰ ਤੁਸੀਂ ਵੀ ਕੈਨੇਡਾ ਦੇ ਇਮੀਗ੍ਰੇਸ਼ਨ ਭਾਗ ਦੇ ਨਵੇਂ ਐਲਾਨਾਂ ਬਾਰੇ ਜਾਣਨਾ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ ਜ਼ਿਆਦਾ ਜਾਣਕਾਰੀ ਦੇ ਲਈ ਕੈਨੇਡਾ ਦੇ ਵੱਲੋਂ ਜਾਰੀ ਕੀਤੀ ਗਈ ਮੀਡੀਆ ਰਿਲੀਜ਼ ਨੂੰ ਚੈੱਕ ਕਰ ਸਕਦੇ ਹੋ ਹੁਣ ਵੱਧਦੇ ਹਾਂ ਛੇਵੀਂ ਅਪਡੇਟ ਦੇ ਵੱਲ ਆਈਐਸਸੀਸੀ ਦੇ ਵੱਲੋਂ ਇਮੀਗ੍ਰੇਸ਼ਨ ਨਰਜੀਆਂ ਦੇ ਬਾਰੇ ਜਾਰੀ ਕੀਤੀ ਗਈ ਵੱਡੀ ਅਪਡੇਟ ਦੋਸਤੋ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇੱਕ ਨਵੀਂ ਇਮੀਗ੍ਰੇਸ਼ਨ ਅਪਡੇਟ ਸ਼ੇਅਰ ਕੀਤੀ ਗਈ ਹੈ ਅਤੇ ਇਹ IRCC ਦੇ ਵੱਲੋਂ ਆਪਣੇ ਅਫੀਸ਼ੀਅਲ ਟਵਿੱਟਰ ਅਕਾਊਂਟ ਦੇ ਜ਼ਰੀਏ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ IRCC ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਇਨ ਪ੍ਰੋਸੈਸ ਕੈਨੇਡਾ ਇਮੀਗ੍ਰੇਸ਼ਨ ਦੀਆਂ ਐਪਲੀਕੇਸ਼ਨਸ ਜੋ ਕੋਵਿਡ-19 ਦੇ ਕਾਰਨ ਡਿਲੇ ਹੋਈਆਂ ਨੇ ਉਹਨਾਂ ਨੂੰ ਰਿਵਿਊ ਕਰਨਾ ਅਤੇ ਉਹਨਾਂ ਕਲਾਇੰਟਸ ਦੇ ਨਾਲ ਸੰਪਰਕ ਕਰਨਾ ਸ਼ੁਰੂ ਕਰ ਰਹੇ ਹਾਂ ਜਿਨ੍ਹਾਂ ਨੂੰ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਦੀ ਜ਼ਰੂਰਤ ਹੈ ਅਤੇ ਇਹ ਪਤਾ ਕਰੋ ਕਿ ਜੇ ਤੁਹਾਡੀ ਅਰਜੀ ਅਧੂਰੀ ਹੈ ਤਾਂ ਕੀ ਕਰਨਾ ਹੈ ਜਿਸ ਦੇ ਲਈ ਟਵੀਟ ਦੇ ਵਿੱਚ ਇੱਕ ਲਿੰਕ ਦਿੱਤਾ ਗਿਆ ਹੈ ਜਿਸ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਕੈਨੇਡਾ ਗਵਰਨਮੈਂਟ ਦੀ ਵੈਬਸਾਈਟ ਦੇ ਉੱਪਰ ਪਹੁੰਚ ਜਾਵੋਗੇ ਜਿੱਥੇ ਹੋਰ ਜਾਣਕਾਰੀ ਉਪਲਬਧ ਕਰਵਾਈ ਗਈ ਹੈ ਅਤੇ ਤੁਹਾਨੂੰ ਇਹ ਲਿੰਕ ਅਤੇ ਟਵੀਟ ਵੀਡੀਓ ਦੇ ਕਮੈਂਟ ਦੇ ਵਿੱਚ ਪਿੰਨ ਕੀਤਾ ਹੋਇਆ ਮਿਲ ਜਾਵੇਗਾ ਅਤੇ ਤੁਸੀਂ ਇਸ ਵੈਬਸਾਈਟ ਦੇ ਉੱਪਰ ਵਿਜ਼ਿਟ ਕਰਕੇ ਜ਼ਿਆਦਾ ਜਾਣਕਾਰੀ ਵੀ ਹਾਸਲ ਕਰ ਸਕਦੇ ਹੋ ਹੁਣ ਵੱਧਦੇ ਹਾਂ ਸਤਵੀਂ ਅਪਡੇਟ ਦੇ ਵੱਲ ਕੈਨੇਡਾ ਦੇ ਸੂਬਿਆਂ ਤੋਂ ਪ੍ਰਵਾਸੀਆਂ ਲਈ ਆਈਆਂ ਵੱਡੀਆਂ ਇਮੀਗ੍ਰੇਸ਼ਨ ਅਪਡੇਟਸ ਕੈਨੇਡਾ ਦੇ ਦੋ ਸੂਬਿਆਂ ਤੋਂ ਵੱਡੇ ਇਮੀਗ੍ਰੇਸ਼ਨ ਅਪਡੇਟਸ ਸਾਹਮਣੇ ਆਏ ਹਨ ਅਤੇ ਜਿਨ੍ਹਾਂ ਸੂਬਿਆਂ ਤੋਂ ਇਹ ਇਮੀਗ੍ਰੇਸ਼ਨ ਅਪਡੇਟਸ ਸਾਹਮਣੇ ਆਏ ਹਨ ਉਹਨਾਂ ਦਾ ਨਾਮ ਹੈ ਅਲਬਰਟਾ ਤੇ ਅਨਟਾਰੀਓ ਇੱਥੇ ਤੁਹਾਨੂੰ ਦੱਸ ਦिएਗੀ ਕਿ ਨਾ ਦੋਨਾਂ ਹੀ ਸੂਬਿਆਂ ਦੇ ਵੱਲੋਂ ਪੀਐਨਪੀ ਡਰਾ ਕੱਢੇ ਗਏ ਹਨ ਅਤੇ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਦੇ ਸੂਬੇ ਅਨਟਾਰੀਓ ਦੇ ਵੱਲੋਂ ਕੱਢੇ ਗਏ ਪੀਐਨਪੀ ਟੈਕ ਡਰਾ ਤੋਂ ਕੈਨੇਡਾ ਦੇ ਸੂਬੇ ਅਨਟਾਰੀਓ ਦੇ ਵੱਲੋਂ ਨਵੇਂ ਪੀਐਨਪੀ ਟੈਕ ਡਰਾ ਕੱਢਿਆ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ ਕਿ ਉਹ ਪ੍ਰੋਵਿੰਸ਼ੀਅਲ ਨਾਮੀਨੇਸ਼ਨ ਦੇ ਲਈ ਅਪਲਾਈ ਕਰਨ ਅਤੇ 13 ਅਪ੍ਰੈਲ ਨੂੰ ਅਨਟਾਰੀਓ ਦੇ ਵੱਲੋਂ ਕੱਢੇ ਗਏ ਇਸ ਨਵੇਂ ਪੀਐਨਪੀ ਟੈਕ ਡਰਾ ਦੇ ਵਿੱਚ ਐਕਸਪ੍ਰੈਸ ਏਂਟਰੀ ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਹਨ ਅਤੇ ਇਹਨ ਨਵੇਂ PNP ਟੈਕ ਡਰਾ ਦੇ ਵਿੱਚ ਕੁੱਲ 528 ਇਨਵੀਟੇਸ਼ਨ ਜਾਰੀ ਕੀਤੇ ਗਏ ਹਨ ਅਤੇ ਇਸ ਡਰਾ ਦੇ ਵਿੱਚ CRS ਸਕੋਰ 456 ਅਤੇ 467 ਦੇ ਵਿਚਕਾਰ ਰਿਹਾ ਅਤੇ ਨਾਲ ਹੀ ਉਮੀਦਵਾਰਾਂ ਦੇ ਕੋਲ ਇਹਨਾਂ ਓਕੂਪੇਸ਼ਨ ਦੇ ਵਿੱਚ ਘੱਟੋ-ਘੱਟ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਪਾ ਰਹੇ ਹੋ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ 온ਟਾਰੀਓ ਇਮੀਗ੍ਰੈਂਟ ਨੋਮਿਨੇ ਪ੍ਰੋਗਰਾਮ ਯਾਨੀ ਕਿ OINP ਵੈੱਬਪੇਜ ਕਹਿੰਦਾ ਹੈ ਕਿ ਉਮੀਦਵਾਰ ਜੋ ਇਹਨਾਂ ਕਿੱਤਿਆਂ ਵਿੱਚੋਂ ਕਿਸੇ ਇੱਕ ਦਾ ਤਜਰਬਾ ਨਹੀਂ ਦਿਖਾ ਸਕਦੇ ਉਹਨਾਂ ਨੂੰ ਮਨਾ ਕਰ ਦਿੱਤਾ ਜਾਵੇਗਾ ਨਾਲ ਹੀ ਵਿਦੇਸ਼ੀ ਸਿੱਖਿਆ ਵਾਲੇ ਸੱਦੇ ਗਏ ਉਮੀਦਵਾਰ ਐਜੂਕੇਸ਼ਨਲ ਟੂ ਟ੍ਰੈਡੀਸ਼ਨਲ ਅਸੈਸਮੈਂਟ ਸਬਮਿਟ ਕਰਨਾ ਪੈ ਸਕਦਾ ਹੈ ਤਾਂ ਜੋ ਪ੍ਰੋਵਿੰਸ ਇਸ ਗੱਲ ਦੀ ਤਸਦੀਕ ਕਰ ਸਕੇ ਕਿ ਉਹਨਾਂ ਦੀ ਸਿੱਖਿਆ ਇੱਕ ਕੈਨੇਡੀਅਨ ਬੈਚਲਰ ਜਾਂ ਇਸ ਤੋਂ ਉੱਚੀ ਡਿਗਰੀ ਦੇ ਬਰਾਬਰ ਹੈ ਹੁਣ ਵਾਦਿਆਂ ਕਹਿੜਾ ਦੇ ਸੂਬੇ ਅਲਬਰਟਾ ਦੇ ਵੱਲੋਂ ਕੱਢੇ ਗਏ ਨਵੇਂ ਪੀਐਨਪੀ ਡਰਾ ਦੇ ਵੱਲ ਕੈਨੇਡਾ ਦੇ ਸੂਬੇ ਅਲਬਰਟਾ ਦੇ ਵੱਲੋਂ 6 April ਨੂੰ ਇੱਕ ਪੀਐਨਪੀ ਡਰਾ ਕੱਢਿਆ ਗਿਆ ਜਿਸ ਦੇ ਬਾਰੇ ਹੁਣ ਜਾਣਕਾਰੀ ਸਾਹਮਣੇ ਆਈ ਹੈ ਅਤੇ ਅਲਬਰਟਾ ਦੇ ਵੱਲੋਂ ਕੱਢੇ ਗਏ ਇਸ ਪੀਐਨਪੀ ਡਰਾ ਦੇ ਵਿੱਚ ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਹਨ ਕਿ ਉਹ ਪ੍ਰੋਵਿੰਸ਼ੀਅਲ ਨਾਮਿਨੇਸ਼ਨ ਦੇ ਲਈ ਅਪਲਾਈ ਕਰਨ। ਅਲਬਰਟਾ ਇਮੀਗ੍ਰੈਂਟ ਨਾਮਿਨੇ ਪ੍ਰੋਗਰਾਮ ਜ਼ਰੀਏ ਪ੍ਰੋਵਿੰਸ ਦੇ ਵੱਲੋਂ ਇਸ ਡਰਾ ਦੇ ਵਿੱਚ 200 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਹਨ ਅਤੇ ਇਸ ਡਰਾ ਦੇ ਵਿੱਚ ਜੋ ਸੀਆਰਐਸ ਸਕੋਰ ਹੈ ਉਹ ਹੈ 302। ਸਾਡਾ 2021 ਦੇ ਅਪ੍ਰੈਲ ਮਹੀਨੇ ਦੌਰਾਨ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵੱਲੋਂ ਪੀਐਨਪੀ ਡਰਾ 21 ਦਿਨਾਂ ਦੇ ਵਿੱਚ ਕੱਢੇ ਗਏ ਨੇ। ਅਤੇ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਨੇ 13ਪ੍ਰੈਲ 2021 ਨੂੰ ਕੱਢੇ ਗਏ ਪੀਐਨਪੀ ਡਰਾਅ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨਵਨੀ ਪ੍ਰੋਗਰਾਮ ਯਾਨੀ ਕਿ BC PNP ਦੀਆਂ ਸਕਿਲਸ ਇਮੀਗ੍ਰੇਸ਼ਨ ਅਤੇ ਐਕਸਪ੍ਰੈਸ ਐਂਟਰੀ BC ਸਟ੍ਰੀਮਜ਼ ਅਧੀਨ ਉਮੀਦਵਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ ਅਤੇ ਇਹ ਇਨਵੀਟੇਸ਼ਨ ਸਕਿਲਸ ਇਮੀਗ੍ਰੇਸ਼ਨ ਅਤੇ ਐਕਸਪ੍ਰੈਸ ਐਂਟਰੀ BC ਸਟ੍ਰੀਮਜ਼ ਦੀਆਂ ਸਬ ਕੈਟੇਗਰੀਜ਼ ਸਕਿਲਡ ਵਰਕਰ ਇੰਟਰਨੈਸ਼ਨਲ ਗ੍ਰੈਜੂਏਟਸ ਅਤੇ ਨਾਲ ਹੀ ਐਂਟਰੀ ਲੈਵਲ ਐਂਡ ਸੈਮੀ ਸਕਿਲਡ ਵਿੱਚ ਜਾਰੀ ਕੀਤੇ ਗਏ ਨੇ ਅਤੇ ਇੱਕ ਡਰਾਅ ਵਿੱਚ 420 ਇਨਵੀਟੇਸ਼ਨ ਜਾਰੀ ਕੀਤੇ ਗਏ ਨੇ ਅਤੇ ਇਸ ਡਰਾਅ ਵਿੱਚ ਮਿਨੀਮਮ ਸਕੋਰ 79 ਅਤੇ 95 ਪੁਆਇੰਟਸ ਦੇ ਵਿਚਕਾਰ ਰਿਹਾ। ਅਤੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਰਿਟੇਲ ਐਂਡ ਹੋਲਸੇਲ ਟ੍ਰੇਡ ਮੈਨੇਜਰ ਜਿਸ ਦੇ ਲਈ ਐਨਓਸੀ ਨੰਬਰ 0621 ਹੈ ਅਤੇ ਰੈਸਟੋਰੈਂਟ ਐਂਡ ਫੂਡ ਸਰਵਿਸ ਮੈਨੇਜਰਸ ਜਿਸ ਦੇ ਲਈ ਐਨਓਸੀ ਨੰਬਰ 0631 ਹੈ ਲਈ ਪੰਜਵੀਂ ਵਾਰ ਇਸ ਸਾਲ ਅਲੱਗ ਡਰਾਅ ਕੱਢਿਆ ਗਿਆ ਹੈ। ਅਤੇ ਇਸ ਵਾਰ ਕੱਢੇ ਗਏ ਡਰਾਅ ਦੇ ਵਿੱਚ 21 ਇਨਵੀਟੇਸ਼ਨ ਜਾਰੀ ਕੀਤੇ ਗਏ ਨੇ। ਅਤੇ ਇਸ ਡਰਾ ਦੇ ਵਿੱਚ ਸਕੋਰ 113 ਰਿਹਾ। ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਐਂਟਰਪ੍ਰਨਿਅਰ ਇਮੀਗ੍ਰੇਸ਼ਨ ਬੇਸ ਕੈਟਾਗਰੀ ਸਟ੍ਰੀਮ ਦੇ ਅਧੀਨ ਵੀ 6 ਇਨਵੀਟੇਸ਼ਨ ਜਾਰੀ ਕੀਤੇ ਗਏ ਨੇ ਅਤੇ ਇਸ ਦੇ ਵਿੱਚ ਸਕੋਰ 126 ਰਿਹਾ। ਅਤੇ ਨਾਲ ਹੀ ਐਂਟਰਪ੍ਰਨਿਅਰ ਇਮੀਗ੍ਰੇਸ਼ਨ ਰੀਜਨਲ ਪਾਇਲਟ ਸਟ੍ਰੀਮ ਦੇ ਅਧੀਨ 5 ਇਨਵੀਟੇਸ਼ਨ ਜਾਰੀ ਕੀਤੇ ਗਏ ਹਨ ਜਿਸ ਦੇ ਲਈ ਸਕੋਰ 116 ਰਿਹਾ। ਕੈਨੇਡਾ ਦੇ ਸਬੰਹ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਸਾਲ 2021 ਦੇ ਦੌਰਾਨ ਹੁਣ ਤੱਕ ਤਕਰੀਬਨ 3441 ਇਨਵੀਟੇਸ਼ਨ ਜਾਰੀ ਕੀਤੇ ਜਾ ਚੁੱਕੇ ਹਨ। ਏ ਸੰਖੇੜਾ ਇਮੀਗ੍ਰੇਸ਼ਨal ਸੰਬੰਧਿਤ ਕੁਝ ਖਾਸ ਅਪਡੇਟਸ ਜੋ ਪਿਛਲੇ ਦਿਨਾਂ ਦੇ ਦੌਰਾਨ ਸਾਹਮਣੇ ਆਈਆਂ। ਅਗਰ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ ਵੀਡੀਓ ਦੇ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੀਏ। ਮੇਰਾ ਰਿਪੋਰਟ ਖਬਰ ਪੰਜਾਬੀ।